God was proud. Masi Choi, maybe the echo. Aruna Samargama, Aruna Samargama, the race, Saki Pantari Shiali, every day. May you wait to me, Pantana, get me on that. Maybe Aruna Safi, Pera, Jami, Eya Sada, Eya Chamia, Mithata, Eni, Mithata, the Piar, the Enda, Lokan, the Chamber, Mami, Kanda Sahas. ਇਹ ਮੈਂ ਜਾਣਦਾ ਤੁਸੀਂ ਵਧੇਰੇ ਜਾਣਦੇ ਹੋਗੇ ਮੇਰੀ ਬੇਨਤੀ ਹੈ ਇਸ ਬੰਦੇ ਦੀ ਜੋ ਕਮਾਈ ਪੈਸਾ ਕਮਾਈ ਨਹੀਂ ਲੋਕ ਕਮਾਈ ਜਿਹਨੂੰ ਅਮਰਿੰਦਰ ਸਿੰਘ ਮਹਾਰਾਜਾ ਕੈਪਟਨ ਮਹਾਰਾਜਾ ਅਮਰਿੰਦਰ ਸਿੰਘ ਜਿਨ੍ਹਾਂ ਨੇ ਪੰਜਾਬ ਦਾ ਮੁੱਖ ਮੰਤਰੀ ਬਣਨੇ ਸਭ ਤੋਂ ਵੱਧ ਪਿਆਰ ਕਰਦੇ ਸ਼ਾਮ ਸੁੰਦਰ ਅਰੋੜਾ ਸਾਹਿਬ ਨੂੰ ਸਭ ਤੋਂ ਵੱਧ ਕਿਸੇ ਵੀ ਮੇਰੇ ਅੱਗੇ ਵੀ ਕਿਸੇ ਦੀ ਸਿਫਾਰਸ਼ ਦੀ ਲੋੜ ਨਹੀਂ ਤਿਕਸਨ ਸੂਦ ਸਿੰਘ ਦਾ ਦਰਸ਼ਨ ਤਾਂ ਰੱਖਦਾ ਐਤਕੀ ਰੋੜੇ ਨੇ ਅਰੋੜਾ ਸਾਹਿਬ ਨੇ 25,000 ਤੇ ਜਿੱਤਣੇ ਤੇ ਕੈਬਨਿਟ ਮੰਤਰੀ ਪਹਿਲੇ ਨੰਬਰ ਦਾ ਮਹਾਰਾਜੇ ਨੇ ਸੋਨੀਆ ਗਾਂਧੀ ਨੇ ਅਮਰੀਕਾ ਸੋਨੀ ਨੇ ਰਾਹੁਲ ਗਾਂਧੀ ਨੇ ਅਰੋੜਾ ਸਾਹਿਬ ਨੂੰ ਬਣਾਉਣੇ ਪਹਿਲੇ ਨੰਬਰ ਦਾ ਮੇਰੀ ਗੱਲ ਯਾਦ ਰੱਖਿਓ ਤੇ ਘਰੋਂ ਰੱਜਿਆ ਹੋਇਆ ਮੇਰੇ ਅੱਗੇ ਜਿਹੜਾ ਰੱਜਿਆ ਵੀ ਹੋਊਗਾ ਪਹਿਲਾਂ ਉਹ ਆਪ ਦੀ ਜੇਲ ਜਿਵੇਂ ਤਿਕਸ਼ੋ ਸੂਦ ਬਣਦਾ ਘਰੋਂ ਫੁੱਲਦਾ ਦੱਸ ਦੋ ਫੁੱਲਦਾ ਕਿ ਨਹੀਂ खास करके जिन्हें को सारा कुछ हो शाम सुंदर अरोड़ा के लोग है जो लोग सेवा कर सकते हैं सरकार ਸੋ ਸਾਥੀਓ ਤਗੜੇ ਹੋ ਕੇ ਇਸ ਵਾਰੀ 4 ਮਹੀਨੇ ਸ਼ਾਮ ਸੁੰਦਰ ਅਰੋੜਾ ਬਣ ਕੇ ਕੈਪਟਨ ਮਹਾਰਾਜਾ ਅਮਰਿੰਦਰ ਸਿੰਘ ਬਣ ਕੇ ਤੁਸੀਂ ਇਲਾਕੇ ਚ ਘੁੰਮ ਜਾਓ ਤੇ ਵੱਡੀ ਪਹਿਲੇ ਨੰਬਰ ਤੇ ਤੁਸੀਂ ਸ਼ਾਮ ਸਿੰਘ ਸੁੰਦਰ ਅਰੋੜਾ ਜੀ ਨੂੰ ਪੰਜਾਬ ਚੋਂ ਪਹਿਲੇ ਨੰਬਰ ਤੇ ਜਿਤਾਉਣ ਦਾ ਕੰਮ ਕਰੋ ਮੈਂ ਤੁਹਾਨੂੰ ਇਹ ਬੇਨਤੀ ਕਰਦਾ ਉਹਨਾਂ ਸਾਰਿਆਂ ਦਾ ਧੰਨਵਾਦ ਕਿਸੇ ਨੇ ਲਿਖਿਆ ਵਕਤ ਕੀ ਫਿਕਰ ਕਰਨਾ ਦਾਂ ਵਕਤ ਕੀ ਫਿਕਰ ਕਰਨਾ ਦਾਂ ਕਿਆਮਤ ਆਨੇ ਵਾਲੀ ਹੈ ਵਕਤ ਕੀ ਫਿਕਰ ਕਰਨਾ ਦਾਂ ਕਿਆਮਤ ਆਨੇ ਵਾਲੀ ਹੈ ਤੇਰੀ ਬਰਬਾਦੀਆਂ ਕੇ ਮਸ਼ਵਰੇ ਹੈ ਆਸਮਾਨੋਂ ਵਿੱਚ ਬਾਦਲ ਤੇ ਭਰ ਪਾ ਲਿਓ ਤੁਹਾਡੀਆਂ ਬਰਬਾਦੀਆਂ ਦੇ ਮਸ਼ਵਰੇ ਆਸਮਾਨ ਚ ਹੋਏ ਟਾਈਮ ਆ ਗਿਆ ਟਾਈਮ ਆ ਗਿਆ ਤਪੋ ਰਾਤ ਤੇ ਰਾਜੋ ਤਪੋ ਰਾਤ ਤੇ ਰਾਜੋ ਪਰਮਾਤਮਾ ਨੇ ਹੁਣ ਤੁਹਾਨੂੰ ਨਰਕ ਚ ਲੈ ਗਿਆ ਤੁਹਾਨੂੰ ਉਹ ਆਇਆ ਪਟਣੀ ਹੈ ਇਸ ਵਾਰੀ ਬਾਦਲ ਆਪ ਹਾਰੂਗਾ ਲਿਖ ਲਓ ਮੈਂ ਉਹਦੇ ਜਿਲੇ ਦਾ ਬਾਦਲ ਤੇ ਸੁਰਬੀਰ ਹਾਰਨਗੇ ਇਸ ਵਾਰੀ ਲੋਕਾਂ ਦਾ ਇੰਨਾ ਚੱਲਦਾ ਸੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮਿਹਰਬਾਨੀ ਜਿਹੜੇ ਇੰਨੀ ਧਿਆਨ ਦੇ ਨਾਲ ਬੈਠੇ ਰਹੇ ਇਹਨੇ ਸ਼ਬਦਾਂ ਨਾਲ ਹਾਜ਼ਰੀ ਕਰਿਓ ਪ੍ਰਵਾਨ ਜੈ ਹਿੰਦ ਜੈ ਭਾਰਤ ਜੈ ਸ਼ਾਹਪੁਰ ਔਰ ਸਾਡੇ ਸ਼ਾਮ ਸੁੰਦਰ ਅਰੋੜਾ ਸਾਹਿਬ ਮੈਂ ਤਾਂ ਸਾਰਾ ਜੋਰ ਲਾਤਾ ਮੈਨੂੰ ਲੱਗਦਾ ਸ਼ਾਹਪੁਰ ਵਾਲੇ ਤੁਸੀਂ ਟੇਬਲ ਟੇਬਲ ਤੇ ਬਣਾਏ ਦੇ ਖਵਾਏ ਇਹਨਾਂ ਨੂੰ ਰੋਟੀ ਕਹਿੰਦੇ ਲੱਗੀ ਸ਼ਾਮ ਸੁੰਦਰ ਅਰੋੜਾ ਬਹੁਤ ਬਹੁਤ ਧੰਨਵਾਦ ਮੇਰਾ ਖਿਆਲ ਜਿੰਨੀ ਦੇਰ ਰਾਜਾ ਬੜਿੰਗ ਜੀ ਬੋਲੇ ਕਿਸੇ ਨੇ ਖਾਰਿਸ਼ ਤੱਕ ਨਹੀਂ ਕੀਤੀ ਸਾਰੇ ਨੇ ਅੱਧਾ ਘੰਟਾ ਉਹਨਾਂ ਨੂੰ ਬੜਾ ਸਤਿਕਾਰ ਪੂਰਵਕ ਸੁਣਿਆ ਹੁਣ ਮੈਂ ਬੇਨਤੀ ਕਰਨ ਜਾ ਰਿਹਾ ਸਾਡੇ ਸੀਐਲਪੀ ਦੇ ਲੀਡਰ ਜਿਹੜੇ ਕਿ ਸਾਡੇ ਵਿਧਾਨ ਸਭਾ 'ਚ ਸਾਡੀ ਅਗਵਾਈ ਕਰਦੇ ਨੇ ਸਾਨੂੰ ਬੜਾ ਮੌਕਾ ਮਿਲਦਾ ਇਹਨਾਂ ਤੋਂ ਬਹੁਤ ਕੁਝ ਸਿੱਖਣ ਦਾ ਸਰਦਾਰ ਚਰਨਜੀਤ ਸਿੰਘ ਜੀ ਚੰਨੀ ਸਾਡੇ ਸੀਐਲਪੀ ਦੇ ਲੀਡਰ ਉਹ ਸਟੇਜ ਤੇ ਆਉਣ ਤੇ ਲੋਕਾਂ ਨੂੰ ਸੰਬੋਧਿਤ ਕਰਨ ਸਰਦਾਰ ਚਰਨਜੀਤ ਸਿੰਘ ਜੀ ਚੰਨੀ
ਸਤਿਕਾਰਯੋਗ ਸ੍ਰੀ ਸ਼ਾਮ ਸੁੰਦਰ ਅਰੋੜਾ ਜੀ, ਮੇਰੇ ਸਤਿਕਾਰਯੋਗ ਵੱਡੇ ਵੀਰ ਸ੍ਰੀ ਰਾਜਕੁਮਾਰ ਰੇਖਾ ਜੀ, ਰਾਜਾ ਵਿੰਗ ਜੀ, ਜਿੱਤਿਆ ਸਾਹਿਬ, ਯੂਥ ਕਾਂਗਰਸ ਦੇ ਪੰਜਾਬ ਦੇ ਪ੍ਰਧਾਨ ਸਾਹਿਬ, ਪਵਨ ਆਦਿਆ ਜੀ, ਹੋਰ ਸਾਰੇ ਲੀਡਰ ਸਾਹਿਬਾਨ, ਮੇਰੇ ਸਾਹਮਣੇ ਬੈਠੇ ਸਤਿਕਾਰਯੋਗ ਪਤਾਤੇ ਸੱਜਣੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਨੂੰ ਸਾਰਿਆਂ ਨੂੰ ਸਭ ਤੋਂ ਬਾਅਦ ਪਹਿਲਾਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਨਾ। ਮੈਂ ਵਿਧਾਨ ਸਭਾ ਦੇ ਵਿੱਚ 10 ਸਾਲ ਤੋਂ ਹੈ ਤੇ ਪਾਰਟੀ ਨੇ ਹੁਣ CLP ਲੀਡਰ ਬਣਾਇਆ, ਲੇਕਿਨ ਤੁਹਾਡਾ ਮੈਂ ਧੰਨਵਾਦ ਇਸ ਕਰਕੇ ਕਰਨਾ ਕਿ ਤੁਸੀਂ ਸਾਨੂੰ ਬਹੁਤ ਹੀ ਹੋਣਹਾਰ, ਅਗਾਂਹ ਵਧੂ, ਪੜ੍ਹਿਆ ਲਿਖਿਆ ਤੇ ਉੱਚੀ ਸੁੱਚੀ ਸੋਚ ਵਾਲਾ ਇਮਾਨਦਾਰ MLA ਦਿੱਤਾ ਤੇ ਮੈਂ ਅਰੋੜਾ ਸਾਹਿਬ ਤੋਂ ਇੰਨਾ ਖੁਸ਼ ਹੈ ਕਿ ਤੁਹਾਨੂੰ ਦੱਸਣਾ ਚਾਹੁੰਦਾ ਕਿ ਜਦੋਂ ਇਹ ਵਿਧਾਨ ਸਭਾ ਦੇ ਵਿੱਚ ਬੋਲਦੇ ਹੈ ਵਿਰੋਧੀਆਂ ਦੇ ਇੱਕ ਵਾਰ ਛੱਕੇ ਚੁੱਕ ਜਾਂਦੇ, ਜਦੋਂ ਇਹ ਵਿਧਾਨ ਸਭਾ ਦੇ ਵਿੱਚ ਬੋਲਦੇ ਹੈ ਤਾਂ ਮਜੀਠੀਏ ਵਰਗਿਆਂ ਨੂੰ, ਸੁਖਬੀਰ ਵਰਗਿਆਂ ਨੂੰ ਕੋਈ ਜਵਾਬ ਨਹੀਂ ਲੱਗਦਾ। ਔਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਜਿੰਨੇ ਹੁਸ਼ਿਆਰਪੁਰ ਦੇ ਮੁੱਦੇ, ਜਿੰਨੇ ਪੰਜਾਬ ਦੇ ਵਪਾਰੀਆਂ ਦੇ ਮੁੱਦੇ, ਜਿੰਨੇ ਪੰਜਾਬ ਦੇ ਸ਼ਹਿਰਾਂ ਦੇ ਮੁੱਦੇ ਅਰੋੜਾ ਸਾਹਿਬ ਨੇ ਉਠਾਏ ਹੈ, 10 ਸਾਲ ਚ ਮੈਂ ਕਿਸੇ ਹੋਰ ਨੂੰ ਇੰਨੇ ਮੁੱਦੇ ਉਠਾਉਂਦਾ ਨਹੀਂ ਦੇਖਿਆ। ਤੁਹਾਨੂੰ ਮੁਬਾਰਕਬਾਦ ਹੈ, ਤੁਹਾਡਾ ਧੰਨਵਾਦ ਹੈ ਕਿ ਤੁਸੀਂ ਇੱਕ ਬਹੁਤ ਹੀ ਹੋਣਹਾਰ MLA ਪੰਜਾਬ ਕਾਂਗਰਸ ਨੂੰ, ਪੰਜਾਬ ਦੇ ਲੋਕਾਂ ਨੂੰ ਤੇ ਵਿਧਾਨ ਸਭਾ ਨੂੰ ਦਿੱਤਾ। ਅਜਿਹੇ ਲੀਡਰ ਬਹੁਤ ਘੱਟ ਮਿਲਦੇ ਹੈ ਜਿਹੜੇ ਇਸ ਤਰੀਕੇ ਦੇ ਨਾਲ ਪੰਜਾਬ ਦੀ ਸੇਵਾ ਕਰ ਰਹੇ ਹੋਣ। ਮੈਨੂੰ ਖੁਸ਼ੀ ਹੈ ਕਿ ਮੇਰੇ ਨਾਲ ਕੋਈ ਇਹ ਵੀ ਹੈ ਤੁਸੀਂ ਬਣੇ, ਮੈਨੂੰ ਖੁਸ਼ੀ ਹੈ ਕਿ ਥੱਲੇ ਦੇ ਚੱਲ ਕੇ ਮਿਊਨਸਪਲ ਕਮੇਟੀ ਦੇ ਪ੍ਰਧਾਨ ਬਣੇ ਤੇ ਫਿਰ ਤੁਹਾਡੇ ਸਹਿਯੋਗ ਦੇ ਨਾਲ MLA ਬਣੇ। ਜਿਹੜਾ ਬੰਦਾ ਗ੍ਰਾਸ ਰੂਟ ਤੋਂ ਆਉਂਦਾ ਉਹਨੂੰ ਪੰਜਾਬ ਦੇ ਆਪਣੇ ਲੋਕਾਂ ਦੀ ਨਬਜ਼ ਪਤਾ ਹੁੰਦੀ ਹੈ, ਉਹਨੂੰ ਦੁੱਖ ਦਰਦ ਦਾ ਪਤਾ ਹੁੰਦਾ, ਇਹਨਾਂ ਨੂੰ ਪਤਾ ਕਿਹੜੇ ਹਲਕੇ 'ਚ ਕਿਹੜੀ ਗਲੀ ਖਰਾਬ ਹੈ, ਕਿਹੜੀ ਗਲੀ 'ਚ ਕੌਣ ਰਹਿੰਦਾ। ਸੋ ਇਹ ਸਾਰੇ ਜਿਹੜੇ ਗੁਣ ਇਹਨਾਂ ਦੇ ਵਿੱਚ ਹੈ, ਉਸ ਲਈ ਮੈਂ ਤੁਹਾਡਾ ਧੰਨਵਾਦੀ ਹਾਂ। ਸਤਿਕਾਰਯੋਗ ਵੀਰੋ, 2 ਸਾਲ ਪਹਿਲਾਂ BJP ਦਾ ਰਾਜ ਆ ਗਿਆ, ਪਹਿਲਾਂ BJP ਵਾਲੇ ਮੋਦੀ ਜੀ ਬੜਾ ਰਲਾ ਪੈ ਰਹੇ ਸੀ, ਮਹਿੰਗਾਈ ਇੰਨੀ ਹੋ ਗਈ, ਮਹਿੰਗਾਈ ਇੰਨੀ ਹੋ ਗਈ, ਲੋਕਾਂ ਦਾ ਦਮ ਤੋੜਦਾ ਮਹਿੰਗਾਈ ਹੈ, ਡਾਲਰ ਦੀ ਕੀਮਤ ਕਹਿੰਦੇ ਬਹੁਤ ਵੱਧ ਗਈ। ਲੇਕਿਨ ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਤੁਸੀਂ ਰੋਜ਼ ਦੇਖਦੇ ਹੋ, 2 ਸਾਲ ਪਹਿਲਾਂ ਮੂੰਗੀ ਮਸਰੀ 70 ਰੁਪਏ ਕਿਲੋ ਸੀ, ਅੱਜ 120 ਰੁਪਏ ਕਿਲੋ ਮਿਲ ਰਹੀ ਹੈ, ਬੇਸਣ 40 ਰੁਪਏ ਕਿਲੋ ਸੀ, ਅੱਜ 120 ਰੁਪਏ ਕਿਲੋ ਬੇਸਣ ਹੋ ਗਿਆ, ਛੋਲੇ 120 ਰੁਪਏ ਹੋ ਗਏ, 40 ਰੁਪਏ ਮਿਲਦੇ ਸੀ, ਮਹਾਂ ਦੀ ਦਾਲ 80 ਰੁਪਏ ਸੀ, ਅੱਜ 180 ਰੁਪਏ ਵਿਕ ਰਹੀ, 2 ਸਾਲਾਂ ਦੇ ਵਿੱਚ 100 ਰੁਪਇਆ ਰੇਟ ਵਧਿਆ, ਮੁਰਗਾ ਸਸਤਾ, ਦਾਲਾਂ ਮਹਿੰਗੀਆਂ ਕਰਤੀਆਂ, ਕਿਉਂਕਿ ਸਾਰੇ ਵਪਾਰੀ ਹੈ ਅੰਬਾਨੀ ਵਰਗੇ ਇਹਨਾਂ ਦੇ ਆਪਣੇ ਬੰਦੇ ਤੇ ਪੰਜਾਬ ਨੂੰ ਨਹੀਂ ਪੂਰੇ ਹਿੰਦੁਸਤਾਨ ਨੂੰ ਲੁੱਟ ਰਹੇ ਹੈ, ਲੱਖ ਕਰੋੜ ਮਹਿੰਗਾਈ ਕਰਤੀ। ਸਤਿਕਾਰਯੋਗ ਵੀਰੋ, ਆਹ ਹੁਣ ਏਮ ਦਾ ਹਸਪਤਾਲ ਆਇਆ ਹੈ, ਕਾਂਗਰਸ ਪਾਰਟੀ ਨੇ ਪਾਸ ਕੀਤਾ ਸੀ ਕਿ ਇਹ ਇਸ ਦੁਆਬੇ ਹਲਕੇ ਵਿੱਚ ਬਣੇ, ਲੇਕਿਨ ਬਾਦਲ ਚੱਕ ਕੇ ਉਹਨੂੰ ਬਠਿੰਡੇ ਲੈ ਗਏ, ਸਾਡੇ ਵਾਸਤੇ ਤਾਂ ਬਠਿੰਡਾ ਵੀ ਤਾਂ ਜਿਵੇਂ ਠੀਕ ਹੈ, ਲੇਕਿਨ ਦੁਆਬੇ ਵਾਲੇ ਕਿਉਂ ਮਾਫ ਕਰਦੇ ਉਹਨਾਂ ਨੂੰ, ਕਿਉਂ ਜਿਹੜਾ ਇੱਥੇ ਜੂਰਨ ਸੀ ਸਾਡੇ ਦੁਆਬੇ ਦੇ ਵਿੱਚ ਕੈਂਸਰ ਫੈਲ ਰਿਹਾ,
ਵਾਲੇ ਕਹਿੰਦੇ ਕਿ ਇਹ ਖਹਿੜਾ ਚਲਾਓ ਅਸੀਂ ਇਹ ਕਰਾਪਟ ਅਸੀਂ ਕਿੱਥੇ ਤੇ ਲਿਆਂਦਾ ਆਪਣੇ ਆਪ ਦੇ ਬਹੁਤ ਬੜੇ ਲੀਡਰ ਬੜੇ ਬੰਦੇ ਸੂਸਾ ਲੇਕਿਨ ਜਿੰਨੀ ਕਰਾਪਸ਼ਨ ਲੋਕਰਵਾੜੀ ਦੇ ਵਿੱਚ ਇਹਨਾਂ ਦੇ ਟਾਈਮ ਹੋਈ ਇੰਨੀ ਕਰਾਪਸ਼ਨ ਕਰੇ ਦੇਖਣ ਨੂੰ ਨਹੀਂ ਮਿਲੀ ਨਾ ਕੋਈ ਕੰਪਨੀ ਬਿਨਾਂ ਪੈਸਿਆਂ ਤੇ ਨਾਕਸ਼ਾ ਪਾਸ ਕਰਨਾ ਉਹਦੇ ਪੈਸੇ 25% ਕਮਿਸ਼ਨ ਹੋ ਗਿਆ ਜਿਹੜੀ ਗਲੀ ਬਣਾਉਂਦੇ ਆ ਤਾਂ ਪਹਿਲਾਂ ਟੁੱਟ ਜਾਂਦੀ ਹੈ ਬਾਅਦ ਬਣਦੀ ਹੈ ਹਾਲਾਤ ਐਸੇ ਹੈ ਇੱਥੇ ਦੇ ਤੁਹਾਡੇ 3 ਮੰਤਰੀ ਬੀਜੇਪੀ ਦੇ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਕਿ 3 ਲੀਡਰ ਤੁਹਾਡੇ ਸੰਪਲਾ ਸਾਹਿਬ ਇੱਥੇ ਦੇ ਸੂਰ ਸਾਹਿਬ ਇੱਥੇ ਦੇ ਉਹ ਤੀਸਰੇ ਐਮਪੀ ਇੱਥੇ ਦੇ ਲੇਕਿਨ ਕਿਆ ਲਿਆਏ ਹੁਸ਼ਿਆਰਪੁਰ ਵਾਸਤੇ ਕਿਹੜੀ ਤਰੱਕੀ ਹੋਈ ਹੁਸ਼ਿਆਰਪੁਰ ਦੀ ਕਿਆ ਇਹਨਾਂ ਨੇ ਨਵਾਂ ਪ੍ਰੋਜੈਕਟ ਲੈ ਕੇ ਆਉਂਦਾ ਹੁਸ਼ਿਆਰਪੁਰ ਵਾਸਤੇ ਅੱਜ ਲੋਕਾਂ ਦੀ ਉਹੀ ਹਾਲਤ ਹੈ ਉਸ ਤੋਂ ਵੀ ਬਦਤਰ ਹੋ ਗਈ ਲੇਕਿਨ ਹੁਸ਼ਿਆਰਪੁਰ ਦੀ ਕੋਈ ਤਰੱਕੀ ਨਹੀਂ ਹੋਈ ਲੇਕਿਨ ਇਹ ਮੇਰੇ ਵੀਰ ਹੈ ਜਿਹਨਾਂ ਨੂੰ ਸਾਨੂੰ ਆਸਾ ਉਮੀਦਵਾਰ ਇੱਕ ਹੋਣਹਾਰ ਉਮੀਦਵਾਰ ਹੈ ਇੱਕ ਹੋਣਹਾਰ ਐਮਐਲਏ ਹੈ ਜਿਸ ਤੋਂ ਸਾਨੂੰ ਆਸਾ ਉਮੀਦਵਾਰ ਜਿੰਨਾ ਨੁਕਸਾਨ ਪਿਛਲੇ 10 ਸਾਲਾਂ ਵਿੱਚ ਦਲਿਤ ਵਰਗ ਦਾ ਹੋਇਆ ਜਿੰਨਾ ਨੁਕਸਾਨ ਪਿਛਲੇ 10 ਸਾਲਾਂ ਵਿੱਚ ਸ਼ਹਿਰਾਂ ਦਾ ਹੋਇਆ ਇੰਨਾ ਕਦੇ ਨਹੀਂ ਹੋਇਆ ਅੱਜ ਦਲਿਤ ਨੂੰ ਹਰ ਜਗ੍ਹਾ ਕੁੱਟਿਆ ਜਾ ਰਿਹਾ ਲੁੱਟਿਆ ਜਾ ਰਿਹਾ ਇੱਜ਼ਤਾਂ ਲੁੱਟੀਆਂ ਜਾ ਰਹੀਆਂ ਲੇਕਿਨ ਸੈਂਕੜੇ ਵਰਗੇ ਪ੍ਰਧਾਨ ਬਣ ਕੇ ਕੋਈ ਸੁਣਵਾਈ ਨਹੀਂ ਕਰਦੇ ਸਰਕਾਰੋ ਵੀਰੋ ਮੈਂ ਬੇਨਤੀ ਕਰਨਾ ਚਾਹੁੰਦਾ ਇਹ ਆ ਫੇਸਬੁੱਕ ਤੇ ਦੇਖ ਲਓ ਵਟਸਐਪ ਤੇ ਦੇਖ ਲਓ ਐਨੀ ਬੇਇੱਜ਼ਤੀ ਖੇਤ ਬੜੇ ਗਲੇ ਨਹੀਂ ਹੁੰਦੀ ਹੋਣੀ ਜਿੰਨੀ ਸਾਰਾ ਦਿਨ ਵਟਸਐਪ ਤੇ ਬਾਜਲਾ ਦੀ ਹੁੰਦੀ ਲੇਕਿਨ ਇਹਨਾਂ ਨੂੰ ਕੋਈ ਸ਼ੱਕ ਨਹੀਂ ਸ਼ਰੀਆ ਲੁੱਟੀ ਜਾ ਰਹੀ ਹੈ ਬੱਸਾਂ ਇਹਨਾਂ ਦੀਆਂ ਹੋ ਗਈਆਂ ਨੈਟਵਰਕ ਇਹਨਾਂ ਦਾ ਹੋ ਗਿਆ ਰੇਤਾ ਵਾਲੀ ਇਹਨਾਂ ਨੇ ਸਾਂਭ ਲਈ ਸ਼ਰਾਬ ਇਹਨਾਂ ਨੇ ਸਾਂਭ ਲਈ ਸਾਰਾ ਪੰਜਾਬ ਇਹਨਾਂ ਨੇ ਲੁੱਟ ਲਿਆ ਲੇਕਿਨ ਸਭ ਤੋਂ ਮਾੜੀ ਜਿਹੜੀ ਗੱਲ ਕੀਤੀ ਹੈ ਉਹ ਕਹਿੰਦੇ ਵੀ ਅੰਬਰ ਵੇਲੀ ਸੁੱਕੀ ਦੀ ਬਲਿਹਾਰੇ ਬੂਟੇ ਦੇ ਪੁੱਤ ਕਿਸੇ ਦਾ ਕਰੇ ਨਾ ਲਾਈਏ ਸੁਲਫੇ ਸੁਲਫੇ ਜਿਸ ਤਰੀਕੇ ਦੇ ਨਾਲ ਬਾਦਲਾਂ ਨੇ ਜਿਸ ਤਰੀਕੇ ਦੇ ਨਾਲ ਮਜੀਬ ਜੀ ਨੇ ਪੰਜਾਬ ਦੀ ਨੌਜਵਾਨੀ ਨੂੰ ਨਸ਼ਿਆਂ ਪਰਤਾਇਆ ਜਿਹੜੇ ਨਸ਼ੇ ਕਰੇ ਸੁਣਦੇ ਨਹੀਂ ਸੀ ਚਿੱਟੇ ਵਰਗੇ ਅੱਜ ਉਹ ਪੰਜਾਬ ਸਰਿਆਮ ਵਿਕਰੇ ਪਿਕਚਰਾਂ ਬਣ ਲੱਗ ਗਈਆਂ ਉੜਤਾ ਪੰਜਾਬ ਡੁੱਬਦੇ ਪੰਜਾਬ ਦੀ ਕਹਾਣੀ ਗਾਣੇ ਬਣ ਲੱਗ ਗਏ ਕਹਿੰਦੇ ਸਰਕਾਰਾਂ ਹੀ ਕਮਾਉਂਦੀਆਂ ਨੇ ਚਿੱਟਾ ਐਵੇਂ ਨਹੀਂ ਸਰਿਆਮ ਵਿਕਦਾ ਲੀਡਰ ਹੀ ਕਮਾਉਂਦੇ ਨੇ ਚਿੱਟਾ ਐਵੇਂ ਨਹੀਂ ਸਰਿਆਮ ਵਿਕਦਾ ਲੇਕਿਨ ਇਹਨਾਂ ਨੇ ਜੋ ਸਭ ਤੋਂ ਮਾੜੀ ਗੱਲ ਕਰੀ ਕਹਿੰਦੇ ਵੀ ਕਦੇ ਨਾ ਪੁੱਤ ਕਿਸੇ ਦਾ ਕਦੇ ਨਾ ਲਾਈਏ ਸੁਰਬੇ ਸੁਰਬੇ ਤੇ ਇਹਨਾਂ ਨੇ ਸਾਡੇ ਨੌਜਵਾਨੀ ਗਾੜੀ ਇਸ ਦਾ ਹਿਸਾਬ ਦੇਣਾ ਪਏਗਾ ਜਿਹੜਾ ਭੋਲਾ ਨਸ਼ੇ ਵੇਚਦਾ ਫੜ ਲਿਆ ਠੀਕ ਹੈ ਭੋਲੇ ਤੁਸੀਂ ਪ੍ਰਾਪਰਟੀ ਗੁਰੂ ਕਰੋ ਲੇਕਿਨ ਭੋਲੇ ਨੇ ਮਜੀਠੀਏ ਦਾ ਨਾਮ ਤਾਂ ਲਿਆ ਕਿ ਮਜੀਠੀਆ ਇਹਦਾ ਸਰਗਣਾ ਫਿਰ ਮਜੀਠੀਏ ਨੂੰ ਕਿਉਂ ਨਹੀਂ ਫੜਦੇ ਮਜੀਠੀਏ ਦੀ ਕਿਉਂ ਪ੍ਰਾਪਰਟੀ ਗੁਰੂ ਨਹੀਂ ਹੁੰਦੀ ਜਿਸ ਦਿਨ ਤੁਹਾਡਾ ਰਾਜ ਆ ਗਿਆ ਕਾਂਗਰਸ ਪਾਰਟੀ ਦਾ ਰਾਜ ਆ ਗਿਆ ਉਸੇ ਦਿਨੇ ਮਜੀਠੀਏ ਨੂੰ ਜੇਲ੍ਹ ਵਿੱਚ ਕੱਟਣਾ ਤੇ ਆਉਣ ਵਾਲੇ 10 ਸਾਲ ਇਹਨਾਂ ਦੇ ਜੇਲ੍ਹ ਵਿੱਚ ਲੱਗਣੇ ਆ ਸਰਕਾਰੋ ਵੀਰੋ ਮੈਂ ਬੇਨਤੀ ਕਰਨਾ ਚਾਹੁੰਦਾ ਕਿ ਅੱਜ ਆਮ ਆਦਮੀ ਪਾਰਟੀ ਵਾਲੇ ਬੱਚੇ ਭੁਲੇਖੇ ਵਿੱਚ ਆਉਣ ਦੀ ਲੋੜ ਨਹੀਂ ਇਹਨਾਂ 'ਚ ਕੋਈ ਆਮ ਆਦਮੀ ਨਹੀਂ ਮੈਂ ਇੱਕ ਗਰੀਬ ਘਰ ਦੇ ਵਿੱਚ ਪੈਦਾ ਹੋਇਆ ਗਰੀਬ ਘਰ ਦੇ ਵਿੱਚ ਪੈਦਾ ਹੋ ਕੇ ਸਕੂਲ ਵੀ ਸੀਗਾ ਗੁਰਦੁਆਰੇ ਵਿੱਚ ਪੜ੍ਹਿਆ ਤੇ ਮੇਰਾ ਕੰਮ ਪਿੰਡਾਂ ਦਾ ਕੰਮ ਕਰਦਾ ਸੀ ਸਾਰਾ ਦਿਨ ਜਿਹੜਾ ਕੰਮ ਕਰਾਉਣਾ ਐਮਐਲਏ ਪੜ੍ਹਿਆ ਕਾਂਗਰਸ ਪਾਰਟੀ ਨੇ ਸੀਐਸਪੀ ਦਾ ਲੀਡਰ ਬਣਾਇਆ ਮੈਂ ਆਮ ਆਦਮੀ ਪਾਰਟੀ ਹੈ ਕਿ ਇਹ ਕੇਜਰੀਵਾਲ ਵਰਗਾ ਜਿਹੜਾ ਡੀਸੀ ਲੱਗਿਆ ਹੋਇਆ ਸੀ ਧਾਰਾ ਵਾਲੀ ਇਹਦੀ ਕਮਿਸ਼ਨਰ ਲੱਗੀ ਸੀ ਕਿ ਇਹ ਆਮ ਆਦਮੀ ਪਾਰਟੀ ਅਰੋੜਾ ਸਾਹਿਬ ਐਮਸੀ ਬਣੇ ਮਿਊਨਸੀਪਲ ਕਮੇਟੀ ਦੇ ਪ੍ਰਧਾਨ ਬਣੇ ਐਮਐਲਏ ਬਣੇ ਹਰ ਟਾਈਮ ਤੁਹਾਡੇ ਵਿੱਚ ਰਹਿੰਦੇ ਹੈ ਕਦੇ ਉਸ ਪੱਖ ਕਦੇ ਉਸ ਪੱਖ ਇਹ ਆਮ ਆਦਮੀ ਪਾਰਟੀ ਹੈ ਕਿ ਆਮ ਆਦਮੀ ਪਾਰਟੀ ਉਹ ਹੈ ਜਿਹੜੇ ਕੇਜਰੀਵਾਲ ਵਰਗੇ ਸੋ ਵੀਰੋ ਇਹਨਾਂ ਨੂੰ ਸਮਝਣ ਦੀ ਲੋੜ ਹੈ ਆਓ ਇਕੱਠੇ ਹੋ ਕੇ ਕਾਂਗਰਸ ਪਾਰਟੀ ਦਾ ਸਾਥ ਦੇਈਏ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਬਣਾਈਏ ਤਾਂ ਕਿ ਆਪਣੇ ਇਲਾਕੇ ਦੀ ਤਰੱਕੀ ਹੋ ਸਕੇ ਲੋਕਾਂ ਨੇ ਐਮਐਲਏ ਚੁਣੇ ਹੋਣਗੇ ਲੇਕਿਨ ਤੁਸੀਂ ਤਾਂ ਇਸ ਵਾਰ ਮੰਤਰੀ ਚੁਣਨਾ
ਸਰਕਾਰ ਆਪਣੀ ਆਉਣੀ ਹੈ। ਅਰੋੜਾ ਸਾਹਿਬ ਪਹਿਲੇ ਨੰਬਰ ਦੇ ਮੰਤਰੀ ਹੋਣਗੇ, ਲੇਕਿਨ ਮਹਿਕਮਾ ਵੀ ਹੋਈ ਜਿਹੜਾ ਜਿਹੜਾ ਪਿੱਛੇ ਸਕੂਲ ਖੋਲਦਾ ਸਾਰੇ ਪੰਜਾਬ ਨੂੰ ਨੁਕਸਾਨ ਕਰ ਗਿਆ। ਇਹ ਬੰਦਾ ਤੁਹਾਡਾ ਆਪਣਾ ਸਾਰੇ ਪੰਜਾਬ ਦੇ ਵਿੱਚ ਹੁਸ਼ਿਆਰਪੁਰ ਦਾ ਨਾਂ ਉੱਚਾ ਕਰੇਗਾ ਤੇ ਹੁਸ਼ਿਆਰਪੁਰ ਦੀ ਕਾਇਆ ਪਲਟ ਹੋਏਗੀ। ਨਵੇਂ ਪਿੱਛੇ ਖਾਣਾ ਲੱਗਾ ਹੋਇਆ ਸਾਰਿਆਂ ਨੇ ਖਾਣਾ ਖਾ ਕੇ ਜਾਣਾ, ਔਰ ਜਿਹੜੇ ਮੇਰੇ ਲੀਡਰਾਂ ਨੇ ਸੰਦੇਸ਼ ਦਿੱਤੇ ਨੇ ਇਹ ਤਿੰਨ ਤਿੰਨ ਪਿੰਡਾਂ ਦੇ ਵਿੱਚ ਜਾ ਕੇ ਲਾਗੂ ਕਰਨੇ ਨੇ। ਜੋ ਤੁਸੀਂ ਅੱਜ ਲੀਡਰਾਂ ਕੋਲੋਂ ਸੁਣਿਆ, ਰਾਜਾ ਬਣੇ ਜੀ ਕੋਲੋਂ ਸੁਣਿਆ, ਚਰਨਜੀਤ ਸਿੰਘ ਚੰਨੀ ਜੀ ਕੋਲੋਂ ਸੁਣਿਆ, ਡਾਕਟਰ ਰਾਜ ਕੁਮਾਰ ਵੇਲ